ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੀ ਆਪਣੀ ਭੈਣ ਪੁਰਤਗਾਲ ਤੋਂ ਅੱਜ ਹੋ ਗਈ ਆ ਦਿਨ ਦੀ ਸ਼ਰਵਾਦ ਬਾਬਾ ਜੀ ਦੇ ਨਾਲ ਤੇ ਰੱਬ ਕਰੇ ਸਾਰੇ ਹਰ ਰੋਜ਼ ਇਦਾਂ ਹੀ ਦਿਨ ਸ਼ੁਰੂ ਹੋਵੇ ਮੇਰੀ ਜ਼ਿੰਦਗੀ ਦਾ ਤੇ ਕਿਉਂਕਿ ਪੋਜ਼ਿਟਿਵ એનર્ਜੀ ਰਹਿੰਦੀ ਇੱਕ ਸਾਰਾ ਦਿਨ ਹਨਾ ਕੰਮ ਕਰਨ ਲਈ ਮਿਲਦਾ ਉਤਸ਼ਾਹ ਤੇ ਹਰ ਇੱਕ ਚੀਜ਼ ਕਰਨ ਲਈ ਉਤਸ਼ਾਹ ਮਿਲਦਾ ਬਾਬਾ ਜੀ ਦੇ ਨਾਮ ਦੇ ਨਾਲ ਤੇ ਅਸੀਂ ਚਲ ਗਈਆਂ ਸੀ ਅੱਜ ਮੈਂ ਆਪਣੀ ਟੀਮ ਦੇ ਨਾਲ ਗਈ ਸੀ ਟਰੱਕ ਲੈ ਕੇ ਤੇ ਪਿੱਛੇ ਆਈ ਸੀ ਸਾਡੀ ਬੈਨ ਬੈਨ ਦੂਜੀ ਜਿਹੜੀ ਦੂਸਰੀ ਹੈਗੀ ਹੈ ਪੁਰਾਣੀ ਲੇਡੀ ਹੈਗੀ ਉਹ ਕਰ ਰਹੀ ਸੀ ਡਰਾਈਵ ਤੇ ਟਰੱਕ ਮੋਸਟਲੀ ਮੇਰੇ ਕੋਲ ਹੀ ਹੁੰਦਾ ਇਹ ਛੋਟਾ ਟਰੱਕ ਹੈ ਆ ਤੇ ਮੰਨੂ ਇੱਥੇ ਪੁੱਛ ਰਹੀ ਸੀ ਦੀਦੀ ਤੁਹਾਨੂੰ ਡਰ ਨਹੀਂ ਲੱਗਦਾ ਮੈਂ ਕਿਹਾ ਕਿਉਂ ਡਰਨਾ ਕਿਉਂ ਕੋਈ ਵੀ ਕੰਮ ਆਪਾਂ ਡਰਾਂਗੇ ਤੇ ਫਿਰ ਕਦੀ ਵੀ ਨਹੀਂ ਕਰ ਪਾਵਾਂਗੇ ਨਾ ਸਾਡੇ ਅੰਦਰ ਇੰਨਾ ਕੰਫੀਡੈਂਸ ਹੋਣਾ ਚਾਹੀਦਾ ਕਿ ਅਸੀਂ ਪਲੇਨ ਵੀ ਉਡਾ ਸਕਦੇ ਹਾਂ ਨਾ ਤੇ ਉਹਦਾ ਵੀ ਆਪਾਂ ਪੰਜਾਬ ਤੋਂ ਆ ਤਾਂ ਡਰਨਾ ਤਾਂ ਸਾਡੀ ਖੂਨ ਚ ਹੀ ਹੈ ਨੀਗਾ ਕਿ ਆਪਾਂ ਕਿਸੇ ਚੀਜ਼ ਤੋਂ ਡਰ ਜਾਈ ਹੈ ਨਾ ਤੇ ਬਾਬਾ ਜੀ ਹਰ ਵੇਲੇ ਅੰਗ ਸੰਗ ਸਹਾਈ ਹੁੰਦੇ ਆ ਹਨਾ ਤੇ ਵਧੀਆ ਆ ਕਿ ਹਰ ਇੱਕ ਕੁੜੀ ਨੂੰ ਕੋਈ ਨਾ ਕੋਈ ਗੁਣ ਸਿੱਖਣੇ ਚਾਹੀਦੇ ਡਰਾਈਵਿੰਗ ਸਿੱਖੋ ਜੇ ਤੁਸੀਂ ਬਾਹਰਲੀ ਕੰਟਰੀ ਚ ਆ ਗਏ ਇੰਡੀਆ ਵੀ ਇਵਨ ਸਿੱਖਣਾ ਚਾਹੀਦਾ ਆ ਗਈਆਂ ਹਰ ਇੱਕ ਤਰ੍ਹਾਂ ਦੇ ਕੋਰਸ ਕਰੋ ਇੱਥੇ ਜੋ ਫਾਇਦੇਮੰਦ ਦਾ ਤੁਹਾਡੇ ਲਈ ਜੋ ਤੁਹਾਡੇ ਵਰਕ ਦੇ ਫੀਲਡ ਜੇ ਤੁਸੀਂ ਫੀਲਡ ਵਰਕ ਚਾਹਂ ਤੁਸੀਂ ਜਿੰਨੇ ਫੀਲਡ ਵਰਕ ਦੇ ਨਾਲ ਰਿਲੇਟਡ ਜਿੰਨੇ ਵੀ ਕੋਰਸਸ ਉਹ ਕਰਕੇ ਰੱਖੋ ਜੇ ਤੁਸੀਂ ਦੂਸਰੇ ਕਿਸੇ ਵਰਕ ਦੇ ਵਿੱਚ ਆ ਤੇ ਉਹਦੇ ਰਿਲੇਟਡ ਕਰੋ ਤਾਂ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਇੰਨੇ ਮਾਹਰ ਹੋਵੋ ਕਿ ਗੋਰੇ ਤੁਹਾਨੂੰ ਕੰਮ ਦੇਣ ਕਿ ਹਾਂ ਸਾਡੇ ਲਈ ਕੰਮ ਕਰੋ ਈਵਨ ਮੇਰੇ ਨਾਲ ਕਦੀ ਕਦੀ ਹੁੰਦਾ ਆ ਕਿ ਉਹਨੂੰ ਕੰਪਨੀਆਂ ਦੇ ਫੋਨ ਆਉਂਦੇ ਆ ਪੁਰਾਣੀਆਂ ਕੰਪਨੀ ਜਿਹੜੀ ਮੈਨੂੰ ਜਾਣਦੀਆਂ ਪਰ ਮੈਂ ਉਹਨਾਂ ਨੂੰ ਕਿਹਾ ਨਹੀਂ ਮੈਂ ਇੱਥੇ ਠੀਕ ਆ ਮੇਰੀ ਇੱਥੇ ਵਧੀਆ ਸੈਟਿੰਗ ਹੋ ਗਈ ਆ ਕਹਿਣ ਦਾ ਮਤਲਬ ਆ ਕਿ ਜਿੰਨੇ ਸਾਡੇ ਕੋਲ ਗੁਣ ਹੋਣਗੇ ਉਨਹੀਂ ਹੀ ਬੰਦੇ ਦੀ ਕਦਰ ਹੁੰਦੀ ਆ ਇੱਥੇ ਹਨਾ ਕੰਮ ਦੀ ਤੇ ਜਰੂਰ ਸਾਰਿਆਂ ਨੂੰ ਕੰਮ ਸਿੱਖਣਾ ਚਾਹੀਦਾ ਹੈ ਹਨਾ ਤੇ ਥੋੜੀ ਮਸਤੀ-ਮੁਸਤੀ ਮਾਰਦੀਆਂ ਇੰਦੀ ਆ ਆਪਾਂ ਗਈਆਂ ਤੇ ਫਿਰ ਥੋੜੀ ਜੀ ਘਰ ਆ ਕੇ ਕੀਤੀ ਸੀ ਪੜਾਈ ਉਹ ਅਸੀਂ ਅੱਗੇ ਚੱਲ ਕੇ ਦੇਖਦੇ ਆ ਕੀ ਪੜਿਆ ਪੜਾਈ ਦੇ ਵਿੱਚ ਅਸੀਂ ਅੱਜ ਕੁਐਸਚਨ ਵਾਲੇ ਸਾਰੇ ਵਰਡ ਪੜੇ ਹੈਗੇ ਆ ਹਨਾ ਤੇ ਇੱਥੇ ਮੈਨੂੰ ਯਾਦ ਨਹੀਂ ਆ ਰਿਹਾ ਆਪਾਂ ਕੀ ਗੱਲਾਂ ਕਰ ਰਹੀਆਂ ਸੀ ਕੁਝ ਤਾਂ ਕਰ ਰਹੀਆਂ ਸੀ ਮસ્ਤੀ ਵਾਲੀਆਂ ਗੱਲਾਂ ਤੇ ਉਹ ਥੋੜਾ ਕਲਚਰ ਵੀ ਦੱਸ ਰਹੇ ਸੀ ਤੇ ਅੱਗੇ ਅਸੀਂ ਹੁਣ ਕਰਾਂਗੇ ਪੜਾਈ ਹਾਂਜੀ ਅੱਜ ਅਸੀਂ ਕਰਾਂਗੇ ਕੁਐਸਚਨ ਵਰਡਸ ਕੁਐਸਚਨ ਵਰਡਸ ਪ੍ਰਸ਼ਨਵਾਚਕ ਸ਼ਬਦ ਜਿੱਦਾਂ ਕੀ ਕਿਉਂ ਕੌਣ ਕਦੋਂ ਕਿੱਥੇ ਕਿੱਦਾਂ ਜਿਹਨੂੰ ਆਪਾਂ ਕਿਵੇਂ ਵੀ ਕਹਿ ਦਿੰਦੇ ਆ ਇਹ ਸਾਰੇ ਹੀ ਵਰਡ ਸਾਡੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਐਜ਼ ਅ ਕੁਐਸਚਨਿੰਗ ਕਿਤੇ ਨਾ ਕਿਤੇ ਵੀ ਯੂਰੋ ਯੂਜ਼ ਹੁੰਦੇ ਆ ਜਿੱਦਾਂ ਪੰਜਾਬੀ ਚ ਆਪਾਂ ਕਹਾਂਗੇ ਜਿੱਦਾਂ ਕਹਿਆ ਕੀ ਕੀ ਦਾ ਮਤਲਬ ਹੁੰਦਾ ਆ ਇੰਗਲਿਸ਼ ਵਿੱਚ ਵਾਟ ਹਨਾ ਉਹ ਤੇ ਪੁਰਤਗਾਲੀਸ਼ ਦੇ ਵਿੱਚ ਓਕੇ ਓਕੇ ਕਿਉਂ ਕਿਉਂ ਦਾ ਮਤਲਬ ਵਾਈ ਜਿੱਦਾਂ ਅਸੀਂ ਕੁਐਸਚਨ ਕਰੀਦਾ ਕਿਸੇ ਨੂੰ ਕਿਉਂ ਵਾਈ ਪੁਰਕੇ ਪੁਰਕੇ ਠੀਕ ਹੈ ਜੀ ਉਹ ਤੋਂ ਬਾਅਦ ਅਸੀਂ ਪੁੱਛੀਦਾ ਕੌਣ ਜਿੱਦਾਂ ਕਿਸੇ ਬਾਰੇ ਪੁੱਛਣਾ ਹੋਵੇ ਕੌਣ ਆ ਜਾਂ ਕਿੱਦਾਂ ਆ ਕੌਣ ਨੂੰ ਇੰਗਲਿਸ਼ ਕਹਿੰਦੇ ਆ ਹੂ ਪੁਰਤਗਿਸ਼ ਕਹਿੰਦੇ ਆ ਕੈਂ ਕੈਂ ਤੇ ਫਿਰ ਕਦੋਂ ਜਿੱਦਾਂ ਆਪਾਂ ਪੁੱਛੀਏ ਕਿਸ ਨੂੰ ਕੋਈ ਪੁੱਛਣਾ ਕਿ ਇਹ ਗੱਲ ਕਦੋਂ ਹੋਈ ਹਨਾ ਕਦੋਂ ਵੈਨ ਵੈਨ ਇੰਗਲਿਸ਼ ਦੇ ਵਿੱਚ ਕਵਾਂਦੋ 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 ਹੁੰਦਾ ਹੈ ਕਿ ਕਦੋਂ ਕਿੱਥੇ ਕਿੱਥੇ ਮਤਲਬ ਕੋਈ ਪਲੇਸ ਤੇ ਜਾਂ ਕਿਤੇ ਕਿਸੇ ਵੀ ਚੀਜ਼ ਨਾਲ ਰਿਲੇਟਡ ਕੋਈ ਕੁਐਸਚਨ ਹੋਵੇ ਕਿੱਥੇ ਥੇਅਰ ਓਨ ਥੇ ਓਨ ਥੇ ਕਿਹੜਾ ਕਿਹੜਾ ਮਤਲਬ ਕਿਹੜੀ ਚੀਜ਼ ਹਨਾ ਕਿਹੜੀ ਵਸਤੂ ਕਿਹੜੀ ਚੀਜ਼ ਹਨਾ ਉਹਦੇ ਵਿੱਚ ਕਿਹੜੇ ਨੂੰ ਆਪਾਂ ਕਵਾਂਗੇ ਇੰਗਲਿਸ਼ ਦੇ ਵਿੱਚ ਵਿਚ ਉਸ ਤੋਂ ਬਾਅਦ ਪੁਰਤਗਾਲੀਸ਼ ਦੇ ਵਿੱਚ ਆਪਾਂ ਕਵਾਂਗੇ ਕੁਆਲ ਕੁਆਲ ਉਸ ਤੋਂ ਬਾਅਦ ਹੈਗਾ ਜੀ ਕਿਦਾਂ ਹਾਓ ਕੋਮੋ ਕਿਦਾ ਮਤਲਬ ਕਿ ਜਦੋਂ ਕੋਹੇ ਕਿਵੇਂ ਜਾਂ ਕਿਦਾਂ ਕੁਝ ਵੀ ਨਾ ਹਾਓ ਕੋਮੋ ਕਿ ਹੁਣ ਅਸੀਂ ਦੇਖਣਾ ਹੈਗਾ ਆ ਕਿ ਕਿੰਨੇ ਕਿੰਨੇ ਇਨ ਦਾ ਸੈਂਸ ਹਾਓ ਮੱਚ ਨਾਟ ਇਨ ਗਿਣਤੀ ਦੇ ਗਿਣਤੀ ਦੇ ਵਿੱਚ ਨਹੀਂ ਇਹਦੇ ਵਿੱਚ ਕੁਆਂਟੀਟੀ ਹੋ ਸਕਦੀ ਆ ਜਾਂ ਕਿਸੇ ਨੂੰ ਆਪਾਂ ਪੁੱਛਣਾ ਆ ਕਿ ਪ੍ਰਾਈਸ ਕਿੰਨਾ ਹੈ ਇਸ ਚੀਜ਼ ਦਾ ਕੀ ਕੀਮਤ ਹੈ ਹਨਾ ਹਾਓ ਮੱਚ ਆਈ ਕੈਨ ਪੇ ਫॉर ਇਟ ਹਨਾ ਆਪਾਂ ਕਹਿੰਦਾ ਨਾ ਹਾਓ ਮੱਚ ਕੁਆਂਤੋ ਕੁਆਂਤੋ ਇੱਕ ਇਹ ਕਿ ਨਵੜਾ ਅਕ ਕੁਆਂਟੀਟੀ ਵਾਈਜ਼ ਹੋਵੇ ਜਾਂ ਫਿਰ ਜਦੋਂ ਅਸੀਂ ਕਿਸੇ ਨੂੰ ਪੈਸਿਆਂ ਬਾਰੇ ਪੁੱਛਣਾ ਹੋਵੇ ਜਾਂ ਕਿੱਦਾਂ ਵੀ ਕਿ ਮੈਂ ਤੁਹਾਨੂੰ ਕਿੰਨੇ ਪੇ ਕਰਾਂ ਹਨ ਫਿਰ ਦੁਆਰਾ ਕਿੰਨੇ ਹੈਗਾ ਹਾਊ ਮੈਨੀ ਇੱਥੇ ਗਿਣਤੀ ਦੀ ਗੱਲ ਹੋ ਰਹੀ ਆ ਜਿੱਦਾਂ ਮੈਂ ਕਹਾਂ ਉੱਥੇ ਕਿੰਨੇ ਆਦਮੀ ਸਨ ਹਨਾ ਜਾਂ ਮੈਂ ਕਹਾਂ ਹਾਊ ਮੈਨੀ ਪੀਪਲ ਆਰ ਥੇਰ ਉੱਥੇ ਕਿੰਨੇ ਆ ਇੰਗਲਿਸ਼ ਚ ਕਹਾਂ ਤੇ ਕੁਆਂਤੋਸ਼ ਹਾਊ ਮੈਨੀ ਇਨ ਦ ਸੈਂਸ ਆਫ ਗਿਣਤੀ ਗਿਣਤੀ ਦੇ ਰੂਪ ਚ ਹਾਊ ਮੈਨੀ ਕਿੰਨੇ ਕੁਆਂਤੋਸ਼ ਕੁਆਂਤੋਸ਼ ਤੋ ਸੇ ਇਹ ਵਰਡ ਜਿਹੜੇ ਆ ਇਹ ਹੈਗੇ ਆ ਅੱਜ ਦਾ ਕੀ ਕਿਉਂ ਕੌਣ ਕਿੱਦਾਂ ਕਦੋਂ ਕਿੱਥੇ ਕਿਹੜਾ ਕਿੰਨੇ ਹਨਾ ਇਹ ਵਰਡ ਆਪਾਂ ਰੋਜ਼ ਯੂਜ਼ ਕਰਦੇ ਆਂ ਜਦੋਂ ਵੀ ਤੁਸੀਂ ਹੁਣ ਤੁਸੀਂ ਜਦੋਂ ਤੁਹਾਨੂੰ ਇਹ ਵਰਡ ਯਾਦ ਹੋਣੇ ਸ਼ੁਰੂ ਹੋ ਗਏ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਪਣਾ ਤੁਹਾਨੂੰ ਬਹੁਤੇ ਬੰਦੇ ਜਦੋਂ ਕੋਈ ਗੱਲ ਪੁੱਛਦੇ ਆ ਕਿ ਓਕੇ ਫੁਰਕੇ ਕੇ ਕਵਾਂਡੋਂ ਓਂਡੇ ਕੁਆਲ ਕੋਮੋ ਕਵਾਂਟੋ ਕੁਆntos ਇਹ ਜਿਹੜੇ ਨੋਰਮਲ ਕੁਐਸਚਨਿੰਗ ਵਰਡ ਆ ਜਿਹੜੇ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਸਾਡੇ ਯੂਜ਼ ਹੁੰਦੇ ਆ ਤੇ ਫਿਰ ਅਗਲੇ ਲੈਸਨ ਦੀ ਤਿਆਰੀ ਵੀ ਕਰਦੇ ਆ ਦੇਖਦੇ ਆ ਕਿ ਨੈਕਸਟ ਲੈਸਨ ਤੁਹਾਡਾ ਕੀ ਹੋਊਗਾ ਆਦੇਨ ਨੂੰ ਜੋ ਵੀ ਵੀਡੀਓ ਬਣਾਉਂਦਾ ਐ ਮੈਂ ਕਿ ਅੱਛਾ ਤੇ ਉਡਾਣਾ ਸਿੱਖਣਾ ਤੂੰ ਹਾਂ ਮੈਂ ਸਿੱਖਣਾ ਆ ਇਹ ਫਿਰ ਸਾਰ ਪੰਜਾਬੀ ਚ ਸਾਰਾ ਪੜਨਾ ਸਿੱਖੂਗਾ ਨਾ ਸਿੱਖੂੰਗਾ ਪੁਰਤਗਾਲੀ ਵੀ ਸਿੱਖਣੀ ਆ ਇੰਗਲਿਸ਼ ਵੀ ਸਿੱਖਣੀ ਆ ਪਹਿਲਾਂ ਕੀ ਸਿੱਖਣੀ ਆ ਪੰਜਾਬੀ ਪੰਜਾਬੀ ਸਾਡੀ ਮਾਂ ਬੋਲੀ ਸਾਡੀ ਮਾਂ ਬੋਲੀ ਕੀ ਸਿੱਖਣੀ ਆ ਸਾਡੀ ਮਾਂ ਬੋਲੀ ਹਾਂਜੀ ਉੜਾ ਉਠ ਐੜੰਬ ਇੜੀ ਐਟ ਸਸਸਲੇਟ ਹਹਾ ਹਤੀ ਵੱਡ ਕਾ ਉਰੇ ਦਾ ਪੂਰਾ ਹੋ ਜਾ ਚਲੋ ਆਪਾਂ ਸਿੱਖਾਂਗੇ ਤੇ ਬਲੌਗ ਦਾ ਕਿੱਦਾਂ ਕਰਨਾ ਐਂਡ ਹੁਣ ਅਸੀਂ ਕਰਦੇ ਆ ਅਸੀਂ ਕਰਦੇ ਐਂਡ ਤੇ ਮਿਲਾਂਗੇ ਕਿਸੇ ਹੋਰ ਦਿਨਾਂ ਹਾਂ ਗੁੱਡ ਬਾਏ 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 एवरीवन ਬਾਏ एवरीवन ਸਬਸਕ੍ਰਾਈਬ ਮਾਈ ਚੈਨਲ ਸਬਸਕ੍ਰਾਈਬ ਮਾਈ ਚੈਨਲ